जिंदाबाद। अज बीजेपी की लीडर आई हुई है ते ओदा असीं विरोध करन आए आ। असीं तां बंदे ही बहुत थोड़े आ, फोर्स ऐ आ जांदी जिवें जंग छिड़की होवे कोई, पर कोई गल नहीं, ये अपनी ड्यूटी ते आ, असीं अपनी ड्यूटी ते आ, डट के निभावांगे। हमें कहा मुर्दाबाद 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 मोदी सरकार मुर्दाबाद मोदी सरकार मुर्दाबाद मोदी मर गया हाय हाय मोदी मर गया हाय हाय मोदी मर गया। जिहड़ी फाइनेंस मिनिस्टर है इंडिया दी ओ चंडीगढ़ आई सी ते ओ असीं विरोध करन गए सी ते पुलिस वाले सानू ਲੈ ਕੇ ਇੱਥੇ ਸਾਨੂੰ ਬੰਦ ਕਰ ਰੱਖਿਆ, ਗਰਾਊਂਡ ਦੇ ਵਿੱਚ ਹੀ ਰੱਖਿਆ ਹੋਇਆ ਤਾਂ ਕਿ ਅਸੀਂ ਵਿਰੋਧ ਹੋਰ ਨਾ ਕਰੀਏ ਉਹਦਾ। ਪਰ ਬਹੁਤ ਸਾਰੇ ਸਾਡੇ ਜਿਹੜੇ ਭਰਾ ਨੇ ਸਾਡੀਆਂ ਭੈਣਾਂ ਨੇ ਬਾਹਰ ਆ ਚੁੱਕੇ ਨੇ। ਸੋ ਸਾਰੰਗਪੁਰ ਥਾਣਾ ਇਹ ਚੰਡੀਗੜ੍ਹ ਦਾ ਜਿੱਥੇ ਅਸੀਂ ਬੈਠੇ ਹਾਂ, ਸੋ ਪੁਲਿਸ ਨੇ ਸਾਨੂੰ ਇੱਥੇ ਰੱਖਿਆ ਹੋਇਆ। ਅਸੀਂ ਪੁੱਛ ਰਹੇ ਵੀ ਸਾਡਾ ਕਸੂਰ ਕੀ ਆ ਤੇ ਉਹ ਕਹਿੰਦੇ ਵੀ ਸਿਰਫ ਕਾਲੇ ਝੰਡੇ ਦਿਖਾਏ ਆ। ਕਾਲੇ ਝੰਡੇ ਦਿਖਾਉਣਾ, ਪ੍ਰੋਟੈਸਟ ਕਰਨਾ ਸਾਡਾ ਸੰਵਿਧਾਨਕ ਹੱਕ ਹੈ, ਪਰ ਕੋਈ ਗੱਲ ਨਹੀਂ, ਅਸੀਂ ਏਦਾਂ ਹੀ ਜਿਹੜਾ ਹੈ ਵਿਰੋਧ ਉਹ ਕਰਦੇ ਰਵਾਂਗੇ। ਵਕਤ ਪਾਓ ਸਰਕਾਰਾਂ ਨੂੰ, ਵਕਤ ਪਾਓ ਸਰਕਾਰਾਂ ਨੂੰ, ਰਹਿਣ ਨੀ ਦੇਣੀ। ਸ਼ਰਮ ਕਰੋ, ਸ਼ਰਮ ਕਰੋ, ਜੇਲਾ ਤੋਂ ਨੀ ਡਰਦੇ ਲੋਕ, ਲੋਕਾਂ ਦੇ ਹੱਕ ਵਧਦੇ ਜਾਣੇ। ਸੋ ਇਹ ਪ੍ਰਸ਼ਾਸਨ ਸਾਨੂੰ ਇੱਥੇ ਲੈ ਆ, ਸਾਨੂੰ ਥਾਣੇ ਦੇ ਵਿੱਚ ਰੱਖਿਆ ਹੋਇਆ, ਇਸ ਟਾਈਮ ਇੱਕ ਖੁੱਲਾ ਗਰਾਊਂਡ ਉਹਦੇ ਵਿੱਚ ਰੱਖਿਆ ਹੋਇਆ। ਪਰ ਅਸੀਂ ਜਦੋਂ ਤੱਕ ਇਹ ਕਿਸਾਨੀ ਸੰਘਰਸ਼ ਚੱਲ ਰਿਹਾ, ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਅਸੀਂ ਏਦਾਂ ਹੀ ਡਟ ਕੇ ਬੀਜੇਪੀ ਦਾ ਵਿਰੋਧ ਕਰਦੇ ਰਵਾਂਗੇ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਅਸੀਂ ਬੈਠੇ ਹਾਂ ਅੱਜ ਸਾਰੰਗਪੁਰ ਥਾਣੇ ਦੇ ਵਿੱਚ। ਅੱਜ ਨਿਰਮਲਾ ਸੀਤਾਰਮਨ ਮੈਮ ਆ ਜਿਹੜੇ ਫਾਈਨੈਂਸ ਮਿਨਿਸਟਰ ਆ ਸੈਂਟਰ ਦੇ, ਉਹਨਾਂ ਦਾ ਵਿਰੋਧ ਕੀਤਾ ਸੀ ਅਸੀਂ ਤੇ ਸਾਨੂੰ ਥਾਣੇ ਚੱਕ ਲਿਆਏ ਪੁਲਿਸ ਵਾਲੇ। ਇਹ ਸਾਡੀਆਂ ਜਿੱਤ ਦੀਆਂ ਨਿਸ਼ਾਨੀਆਂ ਨੇ ਕਿ ਬੀਜੇਪੀ ਵਾਲੇ ਹੁਣ ਸਾਥੋਂ ਡਰਦੇ ਨੇ, ਪਹਿਲਾਂ ਹੀ ਸਾਡਾ ਕਾਲਾ ਝੰਡਾ ਵੇਖ ਕੇ ਸਾਨੂੰ ਜੇਲ੍ਹਾਂ 'ਚ ਬੰਦ ਕਰਾ ਦੇਣਗੇ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਤੇ ਉਹਨੇ ਜਦੋਂ ਮਤਲਬ ਲਾਇਆ ਨਾ, ਤਾਂ ਉਸ ਟਾਈਮ ਉਸ ਮਾਂ ਦੀ ਕੀ ਫੀਲਿੰਗਸ ਹੈਗੀਆਂ, ਮੈਂ ਉਹ ਲਿਖਣ ਦੀ ਕੋਸ਼ਿਸ਼ ਕੀਤੀ। ਮੈਂ ਲਿਖਦਾ ਬੇਸਿਕਲੀ, ਗਾਇਕ ਤਾਂ ਬਾਅਦ ਚ ਆਈ। ਉਹ ਸ਼ਹੀਦਾਂ ਦੀ ਆਇਆ ਜੀ ਇੱਕ ਮਾਂ ਬੋਲਦੀ, ਸ਼ਹਾਦਤਾਂ ਦੀ ਯਾਦ ਕਰ ਥਾਂ ਬੋਲਦੀ। ਸ਼ਹੀਦਾਂ ਦੀ ਆਇਆ ਜੀ ਇੱਕ ਮਾਂ ਬੋਲਦੀ, ਸ਼ਹਾਦਤਾਂ ਦੀ ਯਾਦ ਕਰ ਥਾਂ ਬੋਲਦੀ। ਪੂਰੇ ਜਜ਼ਬੇ ਦੇ ਨਾਲ ਉਦਾਂ ਗਿਆ ਸੀ, ਉਹ ਕੁਝ ਵੱਖਰਾ ਜਾ ਕਰੇ ਅਹਿਸਾਸ ਮੁੜੀਏ। ਤੁਸੀਂ ਪੁੱਤ ਹੱਕ ਲੈ ਕੇ ਮੁੜੇ ਹੋ ਦਿੱਲੀ ਤੋਂ, ਕੀ ਹੋਇਆ ਮੇਰੇ ਪੁੱਤ ਦੀ ਜੇ ਲਾਸ਼ ਮੁੜੀਏ। ਤੁਸੀਂ ਪੁੱਤ ਹੱਕ ਲੈ ਕੇ ਮੁੜੇ ਹੋ ਦਿੱਲੀ ਤੋਂ, ਕੀ ਹੋਇਆ ਮੇਰੇ ਪੁੱਤ ਦੀ ਜੇ ਲਾਸ਼ ਮੁੜੀਏ। ਸ਼ਹੀਦਾਂ ਦੀ ਆਇਆ ਜੀ ਇੱਕ ਮਾਂ ਬੋਲਦੀ, ਉਹ ਮੇਰਾ ਇੱਕ ਗਿਆ ਗੁਰੂ ਨੇ ਤਾਂ ਚਾਰੋਂ ਵਾਰ ਤੇ, ਫੇਰ ਵੀ ਉਹ ਕਹਿੰਦਾ ਭਾਣਾ ਮਿੱਠਾ ਲੱਗਦਾ। ਸੁਣ ਸਰਦਾਰਾ ਬਣ ਸ਼ੇਰ ਕੌਮ ਦਾ, ਕਿਹੜੀ ਗੱਲੋਂ ਤੇਰੇ ਨੈਣੀ ਨੀਰ ਵਗਦਾ। ਫਿਰ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਉੱਠ ਸਰਦਾਰਾ ਬਣ ਸ਼ੇਰ ਕੌਮ ਦਾ, ਕਿਹੜੀ ਗੱਲੋਂ ਤੇਰੇ ਨੈਣੀ ਨੀਰ ਵਗਦਾ। ਉਹ ਜਿਹਦੀ ਕਲਮ ਨੂੰ ਕੋਈ ਨਾ ਸੀ ਪੁੱਛਦਾ, ਜਿਹਦੀ ਕਲਮ ਨੂੰ ਕੋਈ ਨਾ ਸੀ ਪੁੱਛਦਾ, ਪ੍ਰਤੀਕ ਦੀ ਉਹ ਲਿਖ ਇਤਿਹਾਸ ਮੁੜੀ ਐ। ਤੁਸੀਂ ਪੁੱਤ ਹੱਕ ਲੈ ਕੇ ਮੁੜੇ ਹੋ ਦਿੱਲੀ ਤੋਂ, ਕੀ ਹੋਇਆ ਮੇਰੇ ਪੁੱਤ ਦੀ ਜੇ ਲਾਸ਼ ਮੁੜੀ ਐ। ਤੁਸੀਂ ਪੁੱਤ ਹੱਕ ਲੈ ਕੇ ਮੁੜੇ ਹੋ ਦਿੱਲੀ ਤੋਂ, ਕੀ ਹੋਇਆ ਮੇਰੇ ਪੁੱਤ ਦੀ ਜੇ ਲਾਸ਼ ਮੁੜੀ ਐ। ਸ਼ਹੀਦਾਂ ਦੀ ਆਇਆ ਜੀ ਇੱਕ ਮਾਂ ਬੋਲਦੀ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।